ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਥਿਰ ਕਰ ਮਾਨੈ ਜੋ ਹੋਵਣ ਸੋ ਦੂਰ ਪਰਾਨੈ ਜੋ ਹੋਵਣ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰ ਤਪ ਪ੍ਰੀਤ ਭਸਮ ਸੰਗ ਹੋਈ ਅੰਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸ਼ੁਭਾਈਮਾਨ ਸਤਸੰਗੀ ਪਿਆਰਿਓ, ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਚੌਥੀ ਅਸ਼ਟਪਦੀ ਦੀ ਇਹ ਚੌਥੀ ਪੌੜੀ ਪਾਠ ਆਪਾਂ ਸੰਗਤੀ ਰੂਪ ਉਚਾਰਨ ਕੀਤਾ ਹੈ ਜੀ, ਔਰ ਇਹਦੀ ਵਿਚਾਰ ਜਿਹੜੀ ਹੈ ਉਹ ਅੱਜ ਆਪਾਂ ਕਰਨੀ ਹੈ। ਤੋ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਸਾਨੂੰ ਸਾਡੀ ਜ਼ਿੰਦਗੀ ਦਾ ਸ਼ੀਸ਼ਾ ਦਿਖਾ ਰਹੇ ਹੈ। ਜਦੋਂ ਗੁਰਮੁਖੋ ਪ੍ਰੋਫੈਸਰ ਸਾਹਿਬ ਸਿੰਘ ਨੇ ਗੁਰਬਾਣੀ ਦੇ ਅਰਥਾਂ ਦਾ ਟੀਕਾ ਕੀਤਾ ਨਾ, 10 ਪੋਥੀਆਂ ਦੇ ਵਿੱਚ ਹੈ ਉਹ, ਉਹਨਾਂ ਨੇ ਆਪਣੇ ਟੀਕੇ ਦਾ ਨਾਮ ਰੱਖਿਆ ਗੁਰਬਾਣੀ ਦਰਪਣ। ਗੁਰਬਾਣੀ ਦਰਪਣ ਕਿਉਂ ਰੱਖਿਆ? ਦਰਪਣ ਦਾ ਅਰਥ ਹੁੰਦਾ ਸ਼ੀਸ਼ਾ। ਗੁਰਬਾਣੀ ਇੱਕ ਸ਼ੀਸ਼ਾ ਹੈ, ਉਹਨਾਂ ਦਾ ਇਹ ਜਿਹੜਾ ਸੀ ਉਹਨਾਂ ਦੀ ਭਾਵਨਾ ਕਹਿ ਲਓ ਜਾਂ ਉਹਨਾਂ ਦਾ ਖਿਆਲ ਸੀ ਪ੍ਰੋਫੈਸਰ ਸਾਹਿਬ ਸਿੰਘ ਦਾ ਵੀ ਗੁਰਬਾਣੀ ਇੱਕ ਸੱਚਮੁੱਚ ਦਰਪਣ ਹੈ, ਸ਼ੀਸ਼ਾ ਹੈ ਗੁਰਬਾਣੀ। ਅਤੇ ਸ਼ੀਸ਼ੇ ਦਾ ਜਿਹੜਾ ਸਭ ਤੋਂ ਵੱਡਾ ਗੁਣ ਹੈ ਨਾ ਉਹ ਇਹ ਹੈ ਵੀ ਅਸੀਂ ਸ਼ੀਸ਼ੇ ਮੂਹਰ ਜਦੋਂ ਖੜ੍ਹ ਜਾਂਦੇ ਹਾਂ ਨਾ ਇੱਦਾਂ, ਅਤੇ ਜਿੱਦਾਂ ਦੇ ਹੁੰਦੇ ਹਾਂ ਉੱਦਾਂ ਦਾ ਦਿਖਾ ਦਿੰਦਾ ਸਾਨੂੰ, ਔਰ ਸ਼ੀਸ਼ੇ ਮੂਹਰੇ ਅਸੀਂ ਖੜ੍ਹਦੇ ਹੀ ਤਾਂ ਵੀ ਅਸੀਂ ਆਪਣੀ ਅਸਲੀਅਤ ਨੂੰ ਵੇਖ ਸਕੀਏ ਵੀ ਮੈਂ ਕਿੱਦਾਂ ਦਾ ਦਿਖ ਰਿਹਾ, ਕੱਪੜੇ ਕਿੱਦਾਂ ਦੇ ਲੱਗ ਰਹੇ ਨੇ ਮੇਰੇ। ਤਾਂ ਉਹ ਸਾਨੂੰ ਇੰਝ ਦਿਖਾ ਦਿੰਦਾ ਵੀ ਤੂੰ ਇੱਦਾਂ ਦਾ ਹੈ।
ਤਾਂ ਫਿਰ ਅਸੀਂ ਗੁਰਮੁਖ ਜਿਹੜੀ ਆਪਣੇ ਨੁਕਸ ਹੁੰਦੇ ਨੇ ਇੱਦਾਂ ਸਰੀਰ ਵਿੱਚ ਠੀਕ ਕਰ ਲੈਂਦੇ ਹਾਂ ਨਾ ਆਪਾਂ, ਵੀ ਪੱਗ ਸਹੀ ਨਾ ਹੋਵੇ ਤਾਂ ਪੱਗ ਸਹੀ ਕਰਦੇ ਹਾਂ, ਕੱਪੜੇ ਸਹੀ ਨਾ ਹੋਵੇ ਤਾਂ ਕੱਪੜੇ ਸਹੀ ਕਰਦੇ ਹਾਂ ਇੱਦਾਂ। ਕਿਉਂ? ਕਿਉਂਕਿ ਸਾਨੂੰ ਪਤਾ ਲੱਗ ਗਿਆ ਵੀ ਆਹਾ ਆਹਾ ਨੁਕਸ ਹੈ ਸਾਡੇ 'ਚ ਸਰੀਰਕ ਤੌਰ ਦੇ ਉੱਤੇ। ਇੱਦਾਂ ਇੱਦਾਂ ਹੀ ਗੁਰਬਾਣੀ ਵੀ ਇੱਕ ਦਰਪਣ ਹੈ। ਜਦੋਂ ਅਸੀਂ ਗੁਰਬਾਣੀ ਦੇ ਅੱਗੇ ਖੜ੍ਹਦੇ ਹਾਂ ਤਾਂ ਗੁਰਬਾਣੀ ਫਿਰ ਸਾਡੀ ਅਸਲੀਅਤ ਨੂੰ ਇੱਦਾਂ ਦਿਖਾ ਦਿੰਦੀ ਹੈ ਵੀ ਤੂੰ ਇੱਦਾਂ ਦਾ ਹੈ। ਅਤੇ ਗੁਰਬਾਣੀ ਨੂੰ ਪੜ੍ਹ ਕੇ ਫਿਰ ਅਸੀਂ ਆਪਣੇ ਜਿਹੜੇ ਨੁਕਸ ਨੇ, ਆਪਣੀਆਂ ਕਮੀਆਂ ਨੇ, ਉਹਨੂੰ ਦੂਰ ਕਰਦੇ ਹਾਂ। ਇੱਦਾਂ ਹੀ ਹੋਇਆ ਸੱਜਣ ਠੱਗ ਦੇ ਨਾਲ। ਸੱਜਣ ਠੱਗ ਗੁਰੂ ਦੇ ਸਾਹਮਣੇ ਖੜ੍ਹਾ ਹੋ ਗਿਆ, ਇੱਦਾਂ ਗੁਰੂ ਸਾਹਮਣੇ ਹੀ ਬੈਠਾ ਨਾ ਆ ਕੇ ਉਹ। ਅਤੇ ਗੁਰੂ ਪਾਤਸ਼ਾਹ ਨੇ ਕੀ ਕਿਹਾ? ਉੱਜਲ ਕੈਂਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠਣਾ ਉੱਤਰੈ ਜੇ ਸੌ ਧੋਵਾਂ ਤਿਸ, ਬੱਗਾ ਬੱਗੇ ਬੱਗੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਅਨ, ਸਿੰਬਲ ਰੁੱਖ ਸਰਾਇਰਾ। ਇੱਦਾਂ ਤੋ ਜਦੋਂ ਉਹਨੇ ਸਾਰਾ ਸੁਣਿਆ ਤਾਂ ਇਕੱਲਾ ਬਾਬੇ ਨੇ ਗਾਇਆ ਥੋੜ੍ਹਾ ਸੀ, ਬਾਬੇ ਨੇ ਨਾਲ ਉਹਦੇ ਅਰਥ ਵੀ ਕੀਤੇ ਹੋਣਗੇ। ਇੱਦਾਂ ਕਿਉਂਕਿ ਅੱਜ ਦੇ ਵਾਂਗ ਤਾਂ ਕੀਰਤਨ ਕਰਦਾ ਨਹੀਂ ਸੀ ਸਤਿਗੁਰੂ ਪਾਤਸ਼ਾਹ, ਅੱਜ ਦੇ ਵਾਂਗ ਕੀਰਤਨ ਨਹੀਂ ਸੀ ਕਰਦੇ। ਇੱਦਾਂ ਵੀ ਘੰਟਾ ਕੀਰਤਨ ਕੀਤਾ, ਚੱਲ ਚੱਕ ਮਰਦਾਨਾ ਰਬਾਬ 'ਤੇ ਅੱਗੇ ਚੱਲੀਏ। ਬਾਬਾ ਤਾਂ ਦੇਖਦਾ ਸੀ ਪਹਿਲਾਂ ਵੀ ਇਹ ਲੋਕਾਂ ਦੀ ਭਾਸ਼ਾ ਕੀ ਹੈ, ਬੋਲੀ ਕੀ ਹੈ, ਇਹ ਕਿਹੜੇ ਕਰਮ ਕਾਂਡ ਦੇ ਵਿੱਚ, ਕਿਹੜੇ ਪਖੰਡ ਵਿੱਚ ਫਸੇ ਹੋਏ ਨੇ, ਭਾਵ ਕਿ ਰੋਗ ਕਿਹੜਾ ਹੈ, ਬਿਮਾਰੀ ਕਿਹੜੀ ਹੈ। ਫਿਰ ਬਾਬਾ ਉੱਦਾਂ ਦਾ ਉਹਨਾਂ ਨੂੰ ਗਿਆਨ ਦਿੰਦਾ ਸੀ, ਉੱਦਾਂ ਦੀ ਦਵਾਈ ਦਿੰਦਾ ਸੀ। ਤੋ ਸੱਜਣ ਨੇ ਕਿਹਾ, ਬਾਬਾ ਇਹ ਤਾਂ ਮੇਰੀ ਕਹਾਣੀ ਹੈ, ਇੱਦਾਂ ਦਾ ਤਾਂ ਮੈਂ ਹਾਂ, ਮੰਨਿਆ ਹੋ ਇੱਦਾਂ ਆ ਕੇ ਵੀ ਸਤਿਗੁਰੂ ਪਾਤਸ਼ਾਹ ਇਹ ਤਾਂ ਮੇਰੀ ਕਹਾਣੀ ਹੈ ਸਾਰੀ, ਵੀ ਬਗਲੇ ਹੁੰਦੇ ਇੱਦਾਂ ਦੇ ਨੇ, ਕੰਮ ਇੱਦਾਂ ਦੇ ਕਰਦੇ ਨੇ, ਕਹਿ ਦਾ ਭਾਂਡਾ ਬਾਹਰੋਂ ਇੰਨਾ ਸੋਹਣਾ ਲੱਗਦਾ, ਅੰਦਰੋਂ ਇੱਦਾਂ ਦਾ ਹੁੰਦਾ, ਇਹ ਤਾਂ ਸਤਿਗੁਰੂ ਪਾਤਸ਼ਾਹ ਸਾਰੀ ਮੇਰੀ ਕਹਾਣੀ ਹੈ। ਪਾਤਸ਼ਾਹ ਕਹਿਣ ਲੱਗੇ, ਸੱਜਣ ਭਾਗਾਂ ਵਾਲਿਆਂ ਜੀ ਨੇ ਸਮਝ ਲਿਆ ਵੀ ਇਹ ਮੇਰੀ ਕਹਾਣੀ ਹੈ, ਸੱਚ ਹੈ ਗੁਰਮੁਖੋ। ਜੇ ਕਿਤੇ ਬੰਦਾ ਇੱਦਾਂ ਵੀ ਗੱਲੀ ਅਸੀਂ ਚੰਗੀਆਂ ਅਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ ਬਾਹਰ ਚਿੱਟਵੀਆਂ, ਇਹ ਹੁਣ ਅਸੀਂ ਸਾਰਿਆਂ ਨੇ ਸੁਣਿਆ ਨਾ ਇਹ ਸ਼ਬਦ, ਅਤੇ ਜਿਸ ਦਿਨ ਮਨ ਨੇ ਕਹਿਤਾ ਨਾ ਵੀ ਮਨਾ ਇਹ ਤਾਂ ਤੇਰੀ ਆਪਣੀ ਕਹਾਣੀ ਹੈ, ਬਸ ਉਸ ਦਿਨ ਕਹਿ ਲਓ ਵੀ ਕਰਾਮਾਤ ਵਰਤੇਗੀ। ਅਜੇ ਤੱਕ ਅਸੀਂ ਇਹੀ ਸਮਝਦੇ ਹਾਂ ਵੀ ਗੁਆਂਢੀਆਂ ਦੀ ਕਹਾਣੀ ਹੈ। ਤਾਂ ਜਿਸ ਦਿਨ ਇਹ ਕਹਿਤਾ ਨਾ ਇੱਦਾਂ ਮਨ ਨੇ ਕਿਹਾ ਵੀ ਮਨਾ ਇਹ ਤਾਂ ਸੱਚਮੁੱਚ ਤੇਰਾ ਜੀਵਨ ਹੈ, ਇੱਦਾਂ ਦਾ ਤੂੰ ਹੈ, ਇੱਦਾਂ ਦਾ, ਤੇ ਉਸ ਦਿਨ ਗੁਰਮੁਖੋ ਗੱਲ ਬਣ ਜਾਏਗੀ। ਤੋ ਜਿਹੜਾ ਇਹ ਮੈਂ ਬੇਨਤੀਆਂ ਕਿਉਂ ਕੀਤੀਆਂ ਨੇ, ਜਿਹੜਾ ਸਾਡਾ ਅੱਜ ਦਾ ਇਹ ਪਾਵਨ ਪਤਾ ਹੈ ਨਾ ਸੁਖਮਨੀ ਸਾਹਿਬ ਦਾ, ਮੈਂ ਗੁਰਮੁਖੋ ਹਾਂ ਹੁਣ ਵਿਚਾਰ ਕਰ ਰਹੇ ਹਾਂ ਨਾ ਇੱਦਾਂ, ਅਤੇ ਮੈਂ ਹੈਰਾਨ ਵੀ ਕਿਉਂਕਿ ਸੁਖਮਨੀ ਸਾਹਿਬ ਦੀ ਕਥਾ ਨੇ ਇਸ ਤੋਂ ਪਹਿਲਾਂ ਮੈਂ ਨਹੀਂ ਕੀਤੀ। ਅਰਥ ਜਿਵੇਂ ਜ਼ਫਰਨਾਮੇ ਦੀ ਪਹਿਲਾਂ ਕੀਤੀ ਹੋਈ ਸੀ, ਸਹਿਤੀ ਸਲੋਕਾਂ ਦੀ ਪਹਿਲਾਂ ਕੀਤੀ ਹੋਈ ਸੀ, ਇਹਦੀ ਨਹੀਂ ਸੀ ਕੀਤੀ, ਕਿਉਂਕਿ ਸੰਗਤਾਂ ਸਮਝਦੀਆਂ ਨੇ ਸਾਨੂੰ ਆਉਂਦਾ ਹੀ ਹੈ ਆਮ ਤੌਰ ਉੱਤੇ। ਪਰ ਜਿਵੇਂ ਜਿਵੇਂ ਇਹਨੂੰ ਹੁਣ ਸਮਝ ਰਹੇ ਹਾਂ ਵੀ ਇਹਦੇ ਵਿੱਚ ਗੁਰੂ ਪਾਤਸ਼ਾਹ ਨੇ ਕਿੱਦਾਂ ਸਾਡੀ ਜ਼ਿੰਦਗੀ ਨੂੰ ਬਿਆਨ ਕੀਤਾ, ਸੁਖਮਨੀ ਸਾਹਿਬ ਬਿਲਕੁਲ ਨਾ ਕੋਈ ਇਤਿਹਾਸ ਹੈ
ਨਾ ਕੋਈ ਬਹੁਤੀਆਂ ਡੂੰਘੀਆਂ ਉਦਾਹਰਨ ਹੈ, ਸਾਡੀ ਜ਼ਿੰਦਗੀ ਦੀਆਂ ਗੱਲਾਂ ਹੀ ਨੇ ਸਾਰੀਆਂ। ਤੂੰ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਹੁਣ ਸਾਨੂੰ ਸ਼ੀਸ਼ਾ ਦਿਖਾ ਰਹੇ ਆ ਵੀ ਤੂੰ ਇੱਦਾਂ ਦਾ ਹੈ ਭਾਈ, ਅਤੇ ਇਹ ਇਹ ਤੇਰੀਆਂ ਕਮੀਆਂ ਨੇ, ਇਹਨਾਂ ਨੂੰ ਠੀਕ ਕਰ ਲੈ। ਆਓ ਆਪਾਂ ਵਿਚਾਰਦੇ ਹਾਂ। ਰਤਨ ਤਿਆਗ ਕੌਡੀ ਸੰਗ ਰਚੈ, ਰਚੈ ਦਾ ਅਰਥ ਹੈ ਰਚਿਆ ਹੋਇਆ, ਲੱਗਿਆ ਹੋਇਆ ਪੂਰੀ ਤਰ੍ਹਾਂ। ਰਤਨ ਨੂੰ ਛੱਡ ਕੇ ਤਿਆਗ ਕੇ ਕੌਡੀ ਸੰਗ ਰਚੈ, ਕੌਡੀ ਦਾ ਅਰਥ ਹੈ ਸਸਤੀ ਚੀਜ਼, ਰਤਨ ਦਾ ਅਰਥ ਹੈ ਮਹਿੰਗੀ, ਇਹ ਪ੍ਰਤੀਕ ਹੁੰਦੇ ਨੇ ਇੱਦਾਂ। ਰਤਨ ਦਾ ਅਰਥ ਹੈ ਮਹਿੰਗੀ ਚੀਜ਼, ਕੌਡੀ ਦਾ ਅਰਥ ਹੈ ਸਸਤੀ ਵਸਤੂ। ਅਰਥ ਕੀ ਬਣਿਆ ਵੀ ਮਹਿੰਗੀ ਚੀਜ਼ ਛੱਡ ਕੇ ਸਸਤੀ ਦੇ ਪਿੱਛੇ ਰਚੇ ਭੱਜਿਆ ਫਿਰਦਾ। ਰਤਨ ਸ਼ਬਦ ਹੈ ਇਹ ਗੁਰਬਾਣੀ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਵੱਖੋ ਵੱਖਰੇ ਅਰਥਾਂ ਦੇ ਵਿੱਚ ਆਇਆ ਰਤਨ ਸ਼ਬਦ। ਇੱਕ ਅਸੀਂ ਬਚਨ ਪੜ੍ਹਦੇ ਹਾਂ, ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਤੇਰੀ ਮਤ ਵਿੱਚ ਵੀ ਪਰਮਾਤਮਾ ਨੇ ਰਤਨ ਜਵਾਹਰਾਤ ਰੱਖੇ ਹੋਏ ਨੇ, ਪਰ ਤੈਨੂੰ ਦਿਖਦੇ ਕਿਉਂ ਨਹੀਂ? ਦਿਖਣਗੇ, ਤੈਨੂੰ ਮਿਲ ਜਾਣਗੇ ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰੂ ਦੀ ਇੱਕ ਵੀ ਸਿੱਖਿਆ ਨੂੰ ਸੁਣ ਲਵੇਂ ਤਾਂ। ਜੇ ਗੁਰੂ ਦੀ ਸਿੱਖਿਆ ਨੂੰ ਸੁਣ ਲਵੇਂ, ਸਿੱਖ ਦਾ ਅਰਥ ਸਿੱਖਿਆ ਇੱਥੇ, ਸੁਣ ਲਵੇਂ ਤਾਂ ਤੇਰੇ ਅੰਦਰ ਜਿਹੜੇ ਤੇਰੀ ਮਤ ਵਿੱਚ ਰਤਨ ਜਵਾਹਰ ਪਏ ਹੋਏ ਨੇ ਤੈਨੂੰ ਮਿਲ ਜਾਣਗੇ, ਪ੍ਰਾਪਤ ਹੋ ਜਾਣਗੇ। ਇੱਥੇ ਗੁਰਮੁਖੋ ਰਤਨ ਦਾ ਅਰਥ ਹੈ ਸ਼ੁਭ ਗੁਣ। ਰਤਨ ਦਾ ਕੀ ਅਰਥ ਹੈ ਜੀ? ਸਾਡੇ ਅੰਦਰ ਦੇ ਸ਼ੁਭ ਗੁਣ, ਸੱਤ, ਸੰਤੋਖ, ਧਰਮ, ਧੀਰਜ, ਦਇਆ, ਇਹ ਸ਼ੁਭ ਗੁਣ ਨੇ, ਸਾਰਿਆਂ ਦੇ ਵਿੱਚ ਨੇ, ਇਹ ਪਰਮਾਤਮਾ ਨੇ ਭੇਜੇ ਹੋਏ ਆ, ਇੱਦਾਂ ਸਾਡੇ 'ਚ ਰੱਖੇ ਹੋਏ ਨੇ ਇਹ ਗੁਣ। ਪਰ ਅਸੀਂ ਗੁਰੂ ਦੀ ਸਿੱਖਿਆ ਨਹੀਂ ਸੁਣਦੇ, ਇਹ ਜ਼ਿੰਦਗੀ ਭਰ ਪ੍ਰਾਪਤੀ ਨਹੀਂ ਹੁੰਦੇ। ਕਈ ਵਾਰ ਸਭ ਤੇਰੀ ਤੂੰ ਸਭਨੀ ਤਿਆਇਆ, ਜਿਸਨੋਂ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ। ਇੱਥੇ ਵੀ ਸ਼ਬਦ ਰਤਨ ਆਇਆ। ਸਭ ਤੇਰੀ, ਸਾਰੀ ਸ੍ਰਿਸ਼ਟੀ ਤੇਰੀ ਹੈ, ਤੂੰ ਸਭਨੀ ਧਿਆਇਆ, ਸਾਰੇ ਤੈਨੂੰ ਧਿਆਉਂਦੇ ਹਨ, ਜਿਸਨੋਂ ਕਿਰਪਾ ਕਰੈ। ਪਰ ਪਰਮਾਤਮਾ ਜਿਸ ਦੇ ਉੱਪਰ ਤੂੰ ਕਿਰਪਾ ਕਰਦਾ ਹੈ, ਤਿੰਨ ਨਾਮ ਰਤਨ ਪਾਇਆ, ਨਾਮ ਦਾ ਰਤਨ ਉਹਨਾਂ ਨੇ ਹੀ ਪ੍ਰਾਪਤ ਕੀਤਾ। ਇੱਥੇ ਰਤਨ ਦਾ ਅਰਥ ਹੈ ਨਾਮ ਰਤਨ, ਇੱਥੇ ਅਰਥ ਹੋਰ ਬਣ ਗਏ ਰਤਨ ਦੇ। ਇਸੇ ਤਰ੍ਹਾਂ ਦੇ ਨਾਲ ਵੱਖ ਵੱਖ ਥਾਵਾਂ ਉੱਤੇ ਗੁਰਮੁਖੋ ਇੱਕ ਬਚਨ ਚਲੋ ਹੋਰ ਕਰ ਲਈਏ ਸਾਂਝਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਬਚਨ ਕਰਦੇ ਨੇ, ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਇਹ ਸੰਸਾਰ ਹੈ ਨਾ, ਇਹ ਸੰਸਾਰ ਇੱਕ ਸਰੋਵਰ ਦੀ ਤਰ੍ਹਾਂ ਹੈ। ਇੱਕ ਬਚਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ, ਇਹ ਸੰਸਾਰ ਇੱਕ ਸਰੋਵਰ ਦੀ ਤਰ੍ਹਾਂ ਹੈ। ਸਰੋਵਰ ਦੇ ਉੱਤੇ ਹੰਸ ਵੀ ਆਉਂਦੇ ਨੇ ਅਤੇ ਬਗਲੇ ਵੀ ਆਉਂਦੇ ਨੇ, ਅਤੇ ਦੋਨੇ ਚਿੱਟੇ ਰੰਗ ਦੇ ਨੇ, ਇੱਕੋ ਜਿਹੇ ਲੱਗਦੇ ਆ ਦੂਰੋਂ। ਪਤਾ ਕਿਵੇਂ ਕਰੀਏ ਵੀ ਆਹ ਬਗਲੇ ਨੇ ਅਤੇ ਆਹ ਹੰਸ ਨੇ, ਦੋਨੇ ਸਫੇਦ ਰੰਗ ਦੇ ਹੀ ਆ। ਇੱਦਾਂ ਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੇ ਖਾਣੇ ਨੂੰ ਵੇਖ ਵੀ ਸਰੋਵਰ ਦੇ ਵਿੱਚੋਂ ਖਾ ਕੀ ਰਹੇ ਹੈ। ਜੇ ਤਾਂ ਉਹ ਡੱਡੂ ਖਾਂਦੇ ਹੋਏ,
ਮੱਛੀਆਂ ਖਾਂਦੇ ਹੋਏ ਫਿਰ ਤਾਂ ਬਗਲੇ ਹੋਣਗੇ, ਅਤੇ ਜੇ ਹੀਰੇ ਮੋਤੀ ਖਾਂਦੇ ਮੋਤੀ ਚੁੱਕਦੇ ਹੋਏ ਤਾਂ ਫਿਰ ਹੰਸ ਹੋਣਗੇ। ਤੈਨੂੰ ਉਹਨਾਂ ਦੇ ਰੰਗ ਦੇਖ ਕੇ ਪਹਿਚਾਣ ਨਹੀਂ ਆਉਣੀ, ਤੈਨੂੰ ਉਹਨਾਂ ਦਾ ਖਾਣਾ ਵੇਖ ਕੇ ਪਹਿਚਾਣ ਆਉਣੀ ਹੈ ਵੀ ਖਾਂਦੇ ਕੀ ਪਏ ਆ। ਇੱਦਾਂ ਸਤਿਗੁਰੂ ਪਾਤਸ਼ਾਹ ਨੇ ਬਾਣੀ 'ਚ ਬਚਨ ਵੀ ਕਹੇ, ਸਤਿਗੁਰੂ ਪਾਤਸ਼ਾਹ ਕਹਿੰਦੇ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ, ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੁੱਬੈ ਮੈਲ ਨਾ ਜਾਈ। ਇਹ ਹੁਣ ਮੈਨੂੰ ਇਹ ਪੰਕਤੀਆਂ ਪਹਿਲੀਆਂ ਵਿਸਰ ਗਈਆਂ, ਇੱਦਾਂ ਇਹਦੇ ਪੰਕਤੀਆਂ ਨੇ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਇਹ ਸੰਸਾਰ ਰੂਪੀ ਜਿਹੜਾ ਇਹ ਸਰੋਵਰ ਆ ਨਾ, ਇਹਦੇ ਵਿੱਚ ਜਿਵੇਂ ਇੱਕ ਸਰੋਵਰ ਦੇ ਵਿੱਚ ਮੋਤੀ ਵੀ ਹੁੰਦੇ ਨੇ, ਡੱਡੂ ਵੀ ਹੁੰਦੇ ਨੇ, ਮੱਛੀਆਂ ਵੀ ਹੁੰਦੀਆਂ ਨੇ। ਜਿਹੜੇ ਬਗਲੇ ਹੁੰਦੇ ਨੇ ਉਹ ਡੱਡੂ ਮੱਛੀਆਂ ਹੀ ਖਾ ਕੇ ਭੱਜ ਉੱਡ ਆਉਂਦੇ ਨੇ, ਜਿਹੜੇ ਹੰਸ ਨੇ ਉਹ ਮੋਤੀ ਛਕਦੇ ਨੇ। ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਮਾਇਆ ਵੀ ਹੈ ਅਤੇ ਪਰਮਾਤਮਾ ਦਾ ਨਾਮ ਵੀ ਹੈ। ਜੇ ਹੰਸ ਹੋਵੇਗਾ ਤਾਂ ਨਾਮ ਪ੍ਰਾਪਤ ਕਰ ਲਵੇਗਾ, ਜੇ ਬਗਲਾ ਹੋਇਆ ਤਾਂ ਫਿਰ ਮਾਇਆ ਦੇ ਡੱਡੀਆਂ ਮੱਛੀਆਂ ਖਾਂਦਾ ਰਹੇਗਾ। ਇੱਦਾਂ ਕਰਕੇ ਗੁਰਸਾਗਰ ਰਤਨੀ ਭਰਪੂਰੇ, ਇੱਥੋਂ ਸ਼ੁਰੂ ਹੁੰਦਾ ਪਾਵਣ ਬਚਨ, ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ। ਜਿਹੜੇ ਸੰਤ ਜਣ ਨੇ ਉਹ ਨਾਮ ਅੰਮ੍ਰਿਤ ਨੂੰ ਚੁਗਦੇ ਨੇ। ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗੈ, ਨਹੀਂ ਦੂਰੇ ਹਰ ਰਸ ਚੋਗ ਚੁਗੈ। ਜਿਹੜੇ ਹਰੀ ਦੇ ਰਸ ਨੂੰ ਚੁਗਦੇ ਨੇ ਪ੍ਰਭ ਭਾਵ ਹੈ, ਉਹ ਪ੍ਰਭੂ ਨੂੰ ਚੰਗੇ ਲੱਗਦੇ ਨੇ। ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ, ਉਸੇ ਸਰੋਵਰ ਦੇ ਵਿੱਚੋਂ ਜਿਹੜੇ ਹੰਸ ਹੁੰਦੇ ਨੇ ਉਹ ਪਰਮਾਤਮਾ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਨੇ। ਕਿਆ ਬਗ ਬੱਪੜਾ ਛੱਪੜੀ ਨਾਏ, ਕੀਚੜ ਡੁੱਬੈ ਮੈਲ ਨਾ ਜਾਈ। ਤੋ ਇਸ ਤਰ੍ਹਾਂ ਗੁਰਮੁਖੋ ਵੱਖ ਵੱਖ ਥਾਵਾਂ ਦੇ ਉੱਤੇ ਰਤਨ ਜਿਹੜਾ ਹੈ ਉਹ ਸ਼ਬਦ ਵੱਖ ਵੱਖ ਅਰਥਾਂ ਦੇ ਵਿੱਚ ਆਇਆ। ਕਿਤੇ ਇਸ ਮਨੁੱਖਾ ਜੀਵਨ ਨੂੰ ਵੀ ਰਤਨ ਕਿਹਾ, ਕਿਤੇ ਨਾਮ ਨੂੰ ਰਤਨ ਕਿਹਾ, ਕਿਤੇ ਗੁਰੂ ਦੇ ਸ਼ਬਦ ਨੂੰ ਰਤਨ ਕਿਹਾ, ਅਤੇ ਕਿਤੇ ਸਾਡੇ ਅੰਦਰ ਦੇ ਸ਼ੁਭ ਗੁਣਾਂ ਨੂੰ ਵੀ ਰਤਨ ਕਿਹਾ। ਰਤਨ ਤਿਆਗ ਕੌਡੀ ਸੰਗ ਰਚੈ। ਸਤਿਗੁਰੂ ਪਾਤਸ਼ਾਹ ਕਹਿੰਦੇ ਪਰਮਾਤਮਾ ਦੇ ਨਾਮ ਰਤਨ ਨੂੰ ਤਿਆਗ ਕੇ ਕੌਡੀ ਸੰਗ, ਕੌਡੀ ਦਾ ਅਰਥ ਹੈ ਮਾਇਆ ਦੀਆਂ ਸਸਤੀਆਂ ਵਸਤੂਆਂ ਦੇ ਪਿੱਛੇ ਭੱਜਿਆ ਫਿਰਦਾ। ਇੱਦਾਂ ਕੌਡੀ ਦਾ ਕੀ ਅਰਥ ਹੈ? ਸਸਤੀ ਚੀਜ਼, ਕੋਠੀ ਮਿਲ ਜੇ ਜੀ, ਕਾਰ ਮਿਲ ਜੇ ਜੀ, ਇਹ ਤਾਂ ਸਸਤੀਆਂ ਚੀਜ਼ਾਂ ਨੇ। ਸਸਤੀਆਂ ਦਾ ਕੀ ਅਰਥ ਹੁੰਦਾ? ਕਿਤੋਂ ਵੀ ਮਿਲ ਜਾਣਗੀਆਂ। ਮਹਿੰਗੀ ਚੀਜ਼ ਹਰ ਥਾਂ ਤੋਂ ਨਹੀਂ ਮਿਲਦੀ ਹੁੰਦੀ। ਨਾਮ ਰੂਪੀ ਰਤਨ ਤੈਨੂੰ ਹਰ ਥਾਂ ਤੋਂ ਨਹੀਂ ਮਿਲਣਾ, ਇਹ ਗੁਰੂ ਕੋਲੋਂ ਮਿਲਣਾ ਹੈ। ਇਹਦਾ ਅਰਥ ਹੀ ਬਣੇਗਾ ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ ਸੱਚ ਨੂੰ ਛੱਡ ਕੇ, ਝੂਠ ਸੰਗ ਮੱਚੈ। ਮੱਚੈ ਦਾ ਅਰਥ ਹੈ ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤਾ, ਆਕੜਨਾ। ਕਹਿੰਦੇ ਝੂਠ ਨੂੰ ਨਾਲ ਲੈ ਕੇ ਆਕੜਦਾ ਫਿਰਦਾ ਅਤੇ ਸੱਚ ਨੂੰ ਛੱਡੀ ਫਿਰਦਾ। ਸਾਚ ਛੋੜ, ਝੂਠ ਸੰਗ ਮੱਚੈ, ਜੋ ਛੱਡਣਾ, ਜੋ ਇਹਨੂੰ ਛੱਡਣਾ ਚਾਹੀਦਾ ਸੀ। ਸੋ ਅਸਥਰ ਕਰ ਮਨ, ਅਸਥਰ ਕੀ ਹੁੰਦਾ? ਸਦੀਵੀ, ਉਹਨੂੰ ਸਦੀਵੀ ਕਰਕੇ ਮੰਨੀ ਬੈਠਾ। ਮੈਂ ਗੁਰਮੁਖ ਕਈ ਵਾਰ ਸੋਚਦਾ ਹੁੰਦਾ ਘਰ ਨਾ ਘਰ ਜਿਹੜਾ ਆਪਾਂ 15-15 ਫੁੱਟ ਭਾਵੇਂ ਡੂੰਘੀਆਂ ਨੀਆਂ ਕਰ ਲਈਏ, ਕਿਉਂਕਿ ਬਾਬਾ ਜੀ ਨੇ ਬਾਣੀ 'ਚ ਕਿਹਾ ਨਾ ਗਹਿਰੀ ਕਰਕੇ ਨੀਮ ਖਦਾਈ ਉੱਪਰ ਮੰਡ ਪਛਾਈ।
ਤੀਹ ਪੈਂਤੀ ਸਾਲਾਂ ਬਾਅਦ ਉਹਨੇ ਪੁਰਾਣਾ ਹੋ ਹੀ ਜਾਣਾ। ਕਿਤਨਾ ਮਰਜ਼ੀ ਵਧੀਆ ਪਾਲੋ, ਜਿੰਨੇ ਮਰਜ਼ੀ ਮਹਿੰਗੇ ਪੈਸੇ ਲਾ ਲਈਏ ਆਪਾਂ, ਉਹਨੇ ਵੱਧ ਤੋਂ ਵੱਧ ਜਿਹੜੀ ਨਾ ਤੀਹ ਪੈਂਤੀ ਸਾਲਾਂ ਬਾਅਦ, ਜੇ ਪੁਰਾਣਾ ਨਾ ਵੀ ਹੋਇਆ ਨਾ, ਬੱਚਿਆਂ ਨੇ ਕਹਿਣਾ ਲੈ ਪੁਰਾਣਾ ਹੋ ਗਿਆ, ਡਿਜ਼ਾਇਨ ਨਵਾਂ ਪਾਉਣੇ ਆ। ਇੱਦਾਂ ਹੀ ਹੁੰਦਾ ਨਾ। ਹੁਣ ਉਹਦੀ ਜਿੰਨਾ ਮਰਜ਼ੀ ਆਪਾਂ ਮਹਿੰਗਾ ਪਾਲੀਏ, ਜਿੰਨੀਆਂ ਮਰਜ਼ੀਆਂ ਮਹਿੰਗਾ ਪੱਥਰ ਲਾ ਲਓ ਮਕਰਾਣੇ ਦਾ ਲਿਆ ਲਿਆ ਕੇ, ਪਰ ਉਹ ਤੀਹ ਪੈਂਤੀ ਸਾਲਾਂ ਬਾਅਦ ਉਹ ਢਹਿ ਜਾਣਾ, ਉਹਨੇ ਖਤਮ ਹੋ ਜਾਣਾ। ਕੋਈ ਪੰਜਾਹ ਸਾਲ ਕੱਟ ਜਾਏਗਾ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਕਿੰਨਾ ਜ਼ੋਰ ਲਾਉਣਾ ਤੂੰ ਉਹਦੇ ਉੱਤੇ, ਕਿੰਨਾ ਜ਼ੋਰ। ਕਈ ਵਾਰ ਜ਼ਿੰਦਗੀ ਦੀ ਅੱਧੀ ਕਮਾਈ ਬੰਦਾ ਘਰ 'ਤੇ ਲਾ ਦਿੰਦਾ, ਅੱਧੀ ਕਮਾਈ ਲੱਗ ਜਾਂਦੀ ਹੈ। ਧੀਆਂ ਪੁੱਤਰਾਂ ਦੇ ਵਿਆਹ ਕਰਦੇ ਆ ਨਾ, ਇੱਥੇ ਇੱਥੇ ਤਾਂ ਮੈਨੂੰ ਪਤਾ ਨਹੀਂ, ਤੁਹਾਡੇ ਪੰਜਾਬ ਵਿੱਚ ਤਾਂ ਗੱਲ ਮਸ਼ਹੂਰ ਹੈ ਵੀ ਇੱਕ ਦਿਨ ਦੇ ਇੱਕ ਜਿਹੜਾ ਇੱਕ ਦਿਨ ਦਾ ਇੱਕ ਪੈਲਸ ਹੈ ਨਾ, ਉਹ ਜੱਟ ਦੇ ਦੋ ਕਿੱਲੇ ਖਾ ਜਾਂਦਾ। ਇੱਦਾਂ ਮਸ਼ਹੂਰ ਹੈ ਗੱਲ ਪੰਜਾਬ ਦੇ ਵਿੱਚ, ਇੱਦਾਂ ਵੀ ਇੱਕ ਦਿਨ ਦਾ ਵਿਆਹ ਜ਼ਿਮੀਂਦਾਰ ਦੇ ਦੋ ਕਿੱਲੇ ਖਾ ਜਾਂਦਾ, ਕਿਉਂ ਦੋ ਕਿੱਲੇ ਵੇਚ ਕੇ ਲਾਉਂਦਾ ਉੱਥੇ ਉਹ 50-60 ਲੱਖ ਰੁਪਈਆ ਇੱਦਾਂ, ਅਤੇ ਲੋਕ ਫਿਰ ਵੀ ਖੁਸ਼ ਨਹੀਂ ਹੁੰਦੇ। ਅਤੇ ਵਿਆਹ ਹੁੰਦਾ ਕਿੰਨਾ ਕੁ ਹੈ, ਵਿਆਹ ਦਾ ਅਰਥ ਹੈ ਆਨੰਦ ਕਾਰਜ, ਆਨੰਦ ਕਾਰਜ 'ਤੇ ਕਿੰਨਾ ਖਰਚ ਹੁੰਦਾ, ਕੋਈ ਖਰਚ ਨਹੀਂ ਹੁੰਦਾ। ਉਹ ਜਿਹੜਾ ਸਾਡਾ ਹਫ਼ਤੇ ਦਾ ਅਡੰਬਰ ਹੈ ਉਹਦੇ ਉੱਤੇ ਆ ਸਾਰਾ ਖਰਚ। ਇਸ ਕਰਕੇ ਉਹ ਖਰਚ ਵਿਆਹ ਦਾ ਨਹੀਂ ਹੈ, ਵਿਆਹ ਤਾਂ ਆਨੰਦ ਕਾਰਜ ਦਾ ਅਰਥ ਹੈ, ਵਿਆਹ ਤਾਂ ਉਹ ਤਾਂ ਹੈ ਹੀ ਸਾਰਾ 40 ਮਿੰਟਾਂ ਦੀ ਗੱਲ। ਅੱਛਾ, ਉਹਦਾ ਫਿਕਰ ਵੀ ਨਹੀਂ ਹੁੰਦਾ, ਉਹਦਾ ਫਿਕਰ ਵੀ ਕੋਈ ਨਹੀਂ ਹੁੰਦਾ। ਜਿਹੜਾ ਉੱਪਰ ਦਾ ਬੰਦੇ ਨੇ ਆਪਣੇ ਮਨ ਮਰਜ਼ੀਆਂ ਦਾ ਅਡੰਬਰ ਬਣਾ ਲਿਆ ਨਾ, ਆਪਣੀਆਂ ਮਨ ਮਰਜ਼ੀਆਂ ਦਾ ਅਡੰਬਰ ਬਣਾ ਲਿਆ, ਸਾਰਾ ਮਨੁੱਖ ਦਾ ਉਜਾੜਾ ਹੀ, ਮਨੁੱਖ ਨੂੰ ਪਰੇਸ਼ਾਨੀ ਉਹਨੇ ਕੀਤਾ ਹੈ। ਇੱਦਾਂ ਤੋਂ ਪਾਤਸ਼ਾਹ ਕਹਿੰਦੇ ਜੋ ਛੱਡਣਾ ਬਣਦਾ ਸੀ, ਇਹਨੂੰ ਛੱਡਣਾ ਚਾਹੀਦਾ ਸੀ ਇਹਨੂੰ, ਸੋ ਅਸਥਿਰ ਕਰ ਮਨ ਹੈ, ਉਹਨੂੰ ਸਦੀਵੀ ਮੰਨੀ ਬੈਠਾ ਵੀ ਇਹਨੇ ਕਿਤੇ ਨਹੀਂ ਜਾਣਾ। ਜੋ ਹੋਵਣ ਸੋ ਦੂਰ ਪਰਾਨੈ, ਇਹਨੂੰ ਇੱਦਾਂ ਪੜ੍ਹੋ, ਦੂਰ ਪਰਾਨੈ, ਥੋੜ੍ਹਾ ਜਿਹਾ ਭਾਵਨਾ ਬਣ ਜਾਏਗੀ ਇੱਦਾਂ ਵੀ ਸੱਚਮੁੱਚ ਜੋ ਹੋਵਣ, ਜੋ ਹੋਣਾ, ਹੁਣ ਦਾ ਕੀ ਅਰਥ, ਇੱਥੇ ਮੌਤ, ਜਿਹੜੀ ਸਭ ਤੋਂ ਵੱਡੀ ਹੋਣ ਵਾਲੀ ਚੀਜ਼ ਹੈ ਉਹ ਕੀ ਹੈ, ਮੌਤ। ਹੋ ਸਕਦਾ ਵੀ ਕਿਸੇ ਦੇ ਘਰ ਔਲਾਦ ਨਾ ਹੋਈ ਹੋਵੇ, ਪਰ ਇਹ ਗੱਲ ਪੱਕੀ ਹੈ ਵੀ ਮੌਤ ਸਾਰਿਆਂ ਦੀ ਆਉਂਦੀ ਹੈ। ਜੋ ਹੋਵਣ, ਜੋ ਹੋਣ ਵਾਲੀ ਚੀਜ਼ ਹੈ, ਕਿਹੜੀ, ਮੌਤ, ਸੋ ਉਸਨੂੰ ਦੂਰ ਪੁਰਾਣਾ, ਉਹਨੂੰ ਦੂਰ ਮੰਨੀ ਬੈਠਾ ਵੀ ਦੂਰ ਹੈ ਕਿਤੇ। ਮੇਰੇ ਨਾਨਾ ਜੀ ਹੁੰਦੇ ਸੀ 95-96 ਸਾਲ ਦੇ, ਗੁਰਮੁਖੋਂ ਮਰੇ, ਉਹ ਅਕਾਲ ਚਲਾਣਾ ਕੀਤੇ। ਉਹਨਾਂ ਨੇ ਨਾ ਕਿਸੇ ਦੇ ਸ਼ਮਸ਼ਾਨ ਘਾਟ ਨਾ ਜਾਣਾ। ਮੈਂ ਕਹਿੰਦਾ ਨਾਨਾ ਜੀ ਤੁਸੀਂ ਨਹੀਂ ਗਏ? ਨਹੀਂ, ਡਰ ਲੱਗਦਾ। ਇੱਦਾਂ ਮੈਂ ਆਪ ਦੇਖਿਆ ਉਹਨਾਂ ਨੂੰ, ਇੱਦਾਂ ਨਹੀਂ, ਉੱਥੇ ਕੀ ਡਰ ਲੱਗਦਾ, ਉੱਥੇ ਵੀ ਕਿਸੇ ਨੂੰ ਸੜਦਿਆਂ ਦੇਖ ਕੇ ਮੌਤ ਤਾਂ ਚੇਤੇ ਆਉਂਦੀ ਹੈ ਨਾ, ਵੀ ਮੈਂ ਮਰ ਜਾਣਾ। ਮੈਂ ਹੁਣ ਕਿੰਨਾ ਕੁ ਚਿਰ ਭੱਜ ਲਾਂਗੇ, ਇੱਦਾਂ ਕਿੰਨਾ ਕੁ ਚਿਰ ਭੱਜ ਲਾਂਗੇ। ਤੋ ਇੱਦਾਂ ਹੁੰਦਾ ਕਿ ਕਈ ਵਾਰ ਬੰਦੇ ਇੱਦਾਂ ਵੀ ਕਰਦੇ ਨੇ ਵੀ ਨਹੀਂ ਅਸੀਂ ਨਹੀਂ ਜਾਂਦੇ, ਕਿਸੇ ਦੇ ਅੰਤਮ ਅਰਦਾਸ 'ਤੇ ਨਹੀਂ ਜਾਂਦੇ। ਲੈ ਉੱਥੇ ਕੀ, ਉੱਥੇ ਗੱਲਾਂ ਹੀ ਮੌਤ ਦੀਆਂ ਆਉਂਦੀਆਂ। ਪਰ ਇਹ ਗੱਲ ਚੇਤਾ ਰੱਖੋ, ਜਿਹੜੇ ਡਰਦੇ, ਜਿਹੜੇ ਮੌਤ ਤੋਂ ਭੱਜਦੇ ਰਹੇ ਭਾਈ, ਉਹਨਾਂ ਦੀਆਂ ਵੀ ਕਬਰਾਂ ਬਣੀਆਂ ਹੋਈਆਂ ਨੇ, ਮੌਤ ਉਹਨਾਂ ਨੂੰ ਵੀ ਆ ਜਾਣੀ ਹੈ।
ਕਿਹਾ ਸੀ ਨਾ ਭਾਈ ਤਾਰੂ ਭਾਈ ਤਾਰੂ ਜੀ ਨੇ, ਲਾਹੌਰ ਦੀ ਧਰਤੀ ਗੁਰੂ ਕੇ ਸਿੱਖ ਨੇ, ਕਹਿੰਦੇ ਆ ਬਾਬਰ ਲੋਕਾਂ ਨੂੰ ਘਰਾਂ ਨੂੰ ਸਾੜਦਾ ਪਿਆ, ਮੌਤ ਇਹਨੂੰ ਵੀ ਆ ਜਾਣੀ ਹੈ। ਜਿਹੜੇ ਆ ਫੌਜੀ ਨੇ ਇਹਦੇ, ਇਹ ਲੋਕਾਂ ਨੂੰ ਉਜਾੜਦੇ ਪਏ ਨੇ, ਮੌਤ ਇਹਨਾਂ ਨੂੰ ਵੀ ਆ ਜਾਣੀ ਹੈ। ਜਿਹੜੇ ਬਾਬਰ ਦਾ ਮੁਕਾਬਲਾ ਕਰਨ ਦੀ ਥਾਂ ਦੇ ਉੱਤੇ ਭੱਜਦੇ ਪਏ ਨੇ, ਇੱਦਾਂ ਹੁੰਦਾ ਨਾ ਵੀ ਆਪਾਂ ਕੀ ਲੈਣਾ ਜੀ, ਨੁਕਸਾਨ ਹੋਊ। ਅਤੇ ਚੇਤਾ ਰੱਖੀ ਮਰ ਤੂੰ ਹੀ ਜਾਣਾ ਫਿਰ, ਜੇ ਸੱਚ ਦੇ ਪਿੱਛੇ ਨਹੀਂ ਖੜ ਰਿਹਾ, ਇੱਦਾਂ ਹੁੰਦਾ ਨਾ ਬੰਦਾ ਜੀ, ਲਓ ਜੀ ਆਪਾਂ ਕੀ ਲੈਣਾ ਗਾ। ਜਿਹੜੇ ਕਹਿੰਦੇ ਜਿਹੜੇ ਹਰ ਚੀਜ਼ 'ਤੇ ਕਹਿੰਦੇ ਨੇ ਆਪਾਂ ਕੀ ਲੈਣਾ ਗਾ, ਮੌਤ ਉਹਨਾਂ ਨੂੰ ਵੀ ਆ ਜਾਂਦੀ ਹੈ। ਵੀ ਤੂੰ ਕਿਤੇ ਬਚੇਗਾ ਮੌਤ ਤੋਂ? ਫਿਰ ਹਰ ਥਾਂ 'ਤੇ ਟਲਦਾ, ਸੱਚ ਕਹਿਣ ਤੋਂ ਟਲਦਾ, ਸੱਚ ਬੋਲਣ ਤੋਂ ਟਲਦਾ, ਸੱਚ ਦੇ ਪਾਸੇ ਖੜਨ ਤੋਂ ਬੰਦਿਆ ਤੂੰ ਟਲਦਾ, ਫਿਰ ਬਚ ਜਾਏਗਾ ਮੌਤ ਤੋਂ ਤੂੰ? ਉਹ ਵੀ ਮਰ ਜਾਂਦੇ ਆ। ਪਾਤਸ਼ਾਹ ਕਹਿੰਦੇ ਜੋ ਹੋਵਣ, ਜਿਹੜੀ ਚੀਜ਼ ਹੋ ਕੇ ਰਹਿਣੀ ਹੈ, ਚਿੰਤਾ ਤਾਂ ਕੀ ਕੀਜੀ ਹੈ ਜੋ ਅਣਹੋਣੀ ਹੋਏ। ਇਹ ਹੋਣ ਵਾਲੀ ਚੀਜ਼ ਹੈ। ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਮੌਤ ਕੋਈ ਅਣਹੋਣੀ ਨਹੀਂ ਹੈ, ਇਹ ਤਾਂ ਹੋਣ ਵਾਲੀ ਚੀਜ਼ ਹੈ। ਅਣਹੋਣੀ ਕੀ ਹੈ ਅੱਗੇ ਪੜ੍ਹਾਂਗੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਇਹ ਅਣਹੋਣੀ ਹੈ। ਵੀ ਸਰੀਰ ਬੰਦੇ ਦਾ, ਕਰਤੂਤਾਂ ਪਸ਼ੂਆਂ ਵਾਲੀਆਂ ਨੇ, ਇਹ ਅਣਹੋਣੀ ਹੈ। ਵੀ ਬੰਦੇ ਦੇ ਸਰੀਰ ਵਿੱਚ ਪਸ਼ੂ ਤੁਰਿਆ ਫਿਰਦਾ, ਇਹ ਅਣਹੋਣੀ ਹੈ। ਇੱਦਾਂ ਕਰਕੇ ਆਪਾਂ ਵਿਚਾਰਾਂਗੇ ਵੀ ਅਣਹੋਣੀ ਕੀ ਹੁੰਦੀ ਹੈ। ਤੋ ਇਸੇ ਤਰ੍ਹਾਂ ਜੋ ਹੋਵਣ, ਜੋ ਹੋਣਾ ਹੈ ਸੋ ਦੂਰ ਪੁਰਾਣਾ, ਉਸ ਮੌਤ ਨੂੰ ਦੂਰ ਸਮਝਦਾ ਹੈ। ਛੋੜ ਜਾਏ ਤਿਸਕਾ ਸ਼ਰਮ ਕਰੈ, ਸ਼ਰਮ ਹੁੰਦਾ ਮਿਹਨਤ। ਜਿਸ ਚੀਜ਼ ਨੇ ਇਹਨੂੰ ਛੱਡ ਜਾਣਾ ਉਹਦੇ ਲਈ ਬਹੁਤ ਮਿਹਨਤ ਕਰਦਾ। ਕਿੰਨੀ ਮਿਹਨਤ ਕਰਦੇ ਹਾਂ ਗੁਰਮੁਖੋ ਅਸੀਂ, ਜਿਹੜੀਆਂ ਚੀਜ਼ਾਂ ਨੇ। ਇਹਦਾ ਅਰਥ ਇਹ ਨਹੀਂ ਵੀ ਜਿਹੜੀਆਂ ਚੀਜ਼ਾਂ ਨੇ ਸਾਨੂੰ ਛੱਡ ਜਾਣਾ ਉਹਨੂੰ ਸਵਾਰਨਾ ਨਹੀਂ, ਇਹਦਾ ਅਰਥ ਇਹ ਨਹੀਂ ਬਣਦਾ। ਅਰਥ ਬਣਦਾ ਵੀ ਸਾਰਾ ਜ਼ੋਰ ਨਾ ਲਾਈਏ ਉੱਧਰ, ਵੀ ਸਾਰਾ ਜ਼ੋਰ ਨਾ ਉੱਧਰ ਲਾਈਏ। ਜਿਵੇਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਗੁਰਮੁਖੋਂ ਨੌ ਰਸਾਂ ਦੀ ਗੱਲ ਕੀਤੀ ਨਾ, ਰਸ ਸੋਇਨਾ, ਹੁਣ ਪਹਿਲਾ ਰਸ ਪਾਤਸ਼ਾਹ ਨੇ ਕੀ ਕਿਹਾ, ਸੋਨਾ ਰਸ ਹੈ ਪਹਿਲਾਂ। ਹੁਣ ਇਹਦਾ ਅਰਥ ਇਹ ਥੋੜ੍ਹਾ ਵੀ ਸੋਨਾ ਰੱਖਣਾ ਹੀ ਨਹੀਂ। ਸੋਨਾ ਇੱਕ ਤਾਕਤ ਹੈ ਮਨੁੱਖ ਦੀ ਬਹੁਤ ਵੱਡੀ। ਦੇਸ਼ ਦੀ ਅਰਥ ਵਿਵਸਥਾ ਸੋਨੇ ਦੇ ਆਧਾਰ ਉੱਤੇ ਚੱਲਦੀ ਹੈ। ਕਈ ਵਾਰ ਪੁਰਾਣੇ ਬਜ਼ੁਰਗ ਸੋਨਾ ਸੰਭਾਲ ਸੰਭਾਲ ਰੱਖਦੇ ਸੀ, ਕਹਿੰਦੇ ਸੀ ਜਦੋਂ ਕਿਤੇ ਘਰ 'ਤੇ ਕੋਈ ਮੁਸੀਬਤ ਆਈ ਉਹਨੇ ਕੱਢ ਦੇਣਾ ਬਾਹਰ, ਇੱਦਾਂ ਹੁੰਦਾ ਸੀ। ਪਰ ਪਾਤਸ਼ਾਹ ਕਹਿੰਦੇ ਇਹਨੂੰ ਵਸਤੂ ਸਮਝ ਕੇ ਰੱਖ, ਇਹਨੂੰ ਰਸ ਨਾ ਬਣਾ। ਰਸ ਕੀ ਹੁੰਦਾ? ਰਸ ਇਹ ਹੁੰਦਾ ਵੀ ਇਕੱਠਾ ਹੀ ਕਰੀ ਜਾਣਾ, ਹਾਏ ਇੱਧਰੋਂ ਵੀ ਆ ਜੇ ਇੱਧਰੋਂ ਵੀ ਆ ਜੇ, ਹਰ ਚੀਜ਼ ਨੂੰ ਜ਼ਿੰਦਗੀ ਦਾ ਰਸ ਬਣਾ ਲੈਣਾ। ਰਸ ਸੋਇਨਾ, ਰਸ ਰੂਪਾ ਕਾਮਣ, ਕਾਮਣ ਦਾ ਅਰਥ ਇਸਤਰੀ, ਤੂੰ ਇਸਤਰੀ ਨੂੰ ਵੀ ਰਸ ਬਣਾ ਲਿਆ। ਰਸ ਪਰਮਲ ਕੀ ਵਾਸ, ਰਸ ਸੇਜਾ, ਸੇਜਾ ਕੀ ਅਰਥ ਹੈ? ਸੋਹਣੇ ਜਿਹੜੇ ਨੇ ਐਸ਼ੋ ਆਰਾਮ ਦੇ ਪਦਾਰਥ। ਰਸ ਸੇਜਾ ਮੰਦਰ, ਮੰਦਰ ਦਾ ਅਰਥ ਹੈ ਘਰ, ਘਰ ਘਰ ਰਹਿਣ ਲਈ ਚਾਹੀਦਾ, ਘਰ ਰਹਿਣ ਦੇ ਲਈ। ਵੇਖੋ ਗੁਰੂ ਪਾਤਸ਼ਾਹ ਨੇ ਕਿਹਾ ਮੰਦਰ ਘਰ, ਇਹਨੂੰ ਰਸ ਨਾ ਬਣਾ, ਇਹ ਤੇਰੀ ਜ਼ਰੂਰਤ ਹੈ। ਗੁਰਮੁਖੋ ਜਿੰਨੀਆਂ ਵੀ ਆ ਲੋੜ ਦੀਆਂ ਵਸਤੂਆਂ ਨੇ, ਇਹ ਸਾਡੀਆਂ ਲੋੜ ਦੀਆਂ ਵਸਤੂਆਂ ਨੇ, ਰਸ ਨਹੀਂ ਬਣਾਉਣਾ ਚਾਹੀਦਾ। ਰਸ ਦਾ ਕੀ ਅਰਥ ਹੁੰਦਾ? ਵੀ ਜ਼ਿੰਦਗੀ ਇਸੇ ਪਾਸੇ ਲਾ ਦੇਣੀ, ਇੱਦਾਂ ਇੱਦਾਂ ਨਹੀਂ, ਇਹਨੂੰ ਜ਼ਿੰਦਗੀ ਦੀ ਲੋੜ ਸਮਝ ਬਸ। ਤੋ ਪਾਤਸ਼ਾਹ ਕਹਿੰਦੇ ਛੋੜ ਜਾਏ
ਜਿਹੜੇ ਪਦਾਰਥਾਂ ਨੇ ਤੈਨੂੰ ਛੱਡ ਜਾਣਾ ਹੈ, ਤਿਸ ਕਾ ਸ਼ਰਮ ਕਰੈ, ਤੂੰ ਉਸ ਲਈ ਮਿਹਨਤ ਕਰਦਾ, ਸਾਰਾ ਜ਼ੋਰ ਹੀ ਉਸੇ ਪਾਸੇ ਲਾ ਦਿੰਦਾ। ਸੰਗ ਸਹਾਈ, ਜਿਹਨੇ ਸਦਾ ਤੇਰਾ ਸਾਥੀ ਬਣਨਾ, ਸੰਗ ਸਹਾਈ ਜਿਹਨੇ ਤੇਰੀ ਸਹਾਇਤਾ ਕਰਨੀ ਹੈ ਹਰ ਥਾਂ ਤੇ ਉੱਤੇ। ਤਿਸ ਪਰ ਹਰੈ ਉਹਨੂੰ ਪਰੇ ਸੁੱਟ ਦਿੰਦਾ। ਪਰ ਹਰਾ ਕੀ ਹੁੰਦਾ? ਪਰੇ ਸੁੱਟ ਦੇਣਾ, ਪਰੇ ਹਰ ਦੇਣਾ। ਜਿਸ ਪਰਮਾਤਮਾ ਦੇ ਨਾਮ ਨੇ ਇਹਦਾ ਸਾਥੀ ਬਣਨਾ, ਜਿਸ ਗੁਰੂ ਦੇ ਗਿਆਨ ਨੇ ਇਹਦਾ ਸਾਥੀ ਬਣਨਾ, ਜਿਹੜੇ ਚੰਗੇ ਗੁਣਾਂ ਨੇ ਪਰਮੇਸ਼ਰ ਦੇ ਦਰਬਾਰ ਵਿੱਚ ਇਹਦਾ ਸਾਥੀ ਬਣਨਾ, ਇਹਦੀ ਸਹਾਇਤਾ ਕਰਨੀ ਹੈ। ਸੰਗ ਸਹਾਈ ਤਿਸ ਉਸ ਨੂੰ ਪਰ ਹਰੈ ਉਹਨੂੰ ਇਹ ਪਰੇ ਸੁੱਟ ਦਿੰਦਾ ਹੈ। ਚੰਦਨ ਲੇਪ ਉਤਾਰੈ ਧੋਏ, ਗਰ ਧੱਪ ਪ੍ਰੀਤ ਭਸਮ ਸੰਗ ਹੋਏ। ਇਹ ਦੋਨਾਂ ਪੰਕਤੀਆਂ ਦੇ ਇਕੱਠੇ ਹੋਣਗੇ ਅਰਥ, ਇਕੱਲੇ ਇਕੱਲੇ ਨਹੀਂ ਹੋਣੇ। ਪਾਤਸ਼ਾਹ ਕਹਿੰਦੇ ਕਿਸੇ ਗਰਦਭ ਹੁੰਦਾ ਗਧਾ ਖੋਤਾ, ਕਿਸੇ ਗਧੇ ਵੱਲ ਦੇਖੋ। ਪਾਤਸ਼ਾਹ ਕਹਿੰਦੇ ਗਧੇ ਦੇ ਉੱਤੇ ਚੰਦਨ ਦਾ ਲੇਪ ਕਰ ਦਿੱਤਾ ਗਿਆ। ਹੁਣ ਚੰਦਨ ਤਾਂ ਗੁਰਮੁਖ ਕੀਮਤੀ ਹੈ, ਬੜਾ ਮਹਿੰਗਾ, ਪਰ ਗਧੇ ਉੱਤੇ ਕਰ ਦਿੱਤਾ ਗਿਆ। ਜਦੋਂ ਗਧੇ ਦੇ ਚੰਦਨ ਦਾ ਲੇਪ ਕੀਤਾ, ਤਾਂ ਚੰਦਨ ਦੇ ਗਧੇ ਦੇ ਹੁਣ ਸਰੀਰ ਵਿੱਚੋਂ ਖੁਸ਼ਬੂਆਂ ਆਉਂਦੀਆਂ ਨੇ ਇੱਦਾਂ, ਕਿਉਂਕਿ ਚੰਦਨ ਖੁਸ਼ਬੂਦਾਰ ਹੁੰਦਾ। ਪਰ ਹੁਣ ਗਧੇ ਨੂੰ ਉਹਦਾ ਕੀ ਭਾ? ਗਧਾ ਗਿਆ ਚਿੱਕੜ ਦੇ ਵਿੱਚ ਵੜਿਆ, ਲੇਟੇ ਮਾਰੇ, ਸਾਰਾ ਚੰਦਨ ਦਾ ਲੇਪ ਉਤਾਰਿਆ, ਚਿੱਕੜ 'ਚੋਂ ਨਿਕਲਿਆ, ਸਵਾਹ ਦੇ ਵਿੱਚ ਬੈਠਾ ਅਤੇ ਸਵਾਹ ਦੇ ਉੱਤੇ ਲੇਟੇ ਮਾਰ ਕੇ ਆਪਣੇ ਸਰੀਰ ਨੂੰ ਸਵਾਹਣਾ ਭਰ ਲਿਆ। ਕਹਿੰਦਾ ਹੁਣ ਠੀਕ ਹੈ, ਹੁਣ ਠੀਕ ਹੈ। ਪਾਤਸ਼ਾਹ ਕਹਿੰਦੇ ਇਹ ਬੰਦਿਆ ਤੇਰੀ ਹਾਲਤ ਹੈ, ਪਰਮਾਤਮਾ ਨੇ ਤੈਨੂੰ ਸ਼ੁਭ ਗੁਣਾਂ ਦੇ ਚੰਦਨ ਦੇ ਨਾਲ ਲੇਪ ਕਰਕੇ ਭੇਜਿਆ ਸੀ ਸੰਸਾਰ 'ਤੇ। ਪਰਮਾਤਮਾ ਨੇ ਤੈਨੂੰ ਚੰਗੇ ਗੁਣ ਦਿੱਤੇ ਸਨ, ਅਰਥ ਕੀ, ਤੇਰੇ ਉੱਤੇ ਚੰਦਨ ਦਾ ਲੇਪ ਕੀਤਾ ਸੀ, ਪਰ ਤੂੰ ਗਧੇ ਦਾ ਗਧਾ ਨਿਕਲਿਆ। ਉਹਨਾਂ ਸ਼ੁਭ ਗੁਣਾਂ ਨੂੰ ਪਰੇ ਛੱਡ ਕੇ ਤੂੰ ਮਾਇਆ ਦਾ ਚਿੱਕੜ ਆਪਣੇ ਸਰੀਰ ਉੱਤੇ ਲਾ ਕੇ ਅਤੇ ਕਿੱਦਾਂ ਖੁਸ਼ ਹੋ ਜਾਂਦਾ। ਚਿੱਕੜ ਦਾ ਕੀ ਅਰਥ ਹੈ? ਗਰਤ ਵਿਪਰੀਤ ਭਸਮ ਸੰਗ ਹੋਏ, ਗਰ ਚੰਦਨ ਲੇਪ ਉਤਾਰੈ ਧੋਏ, ਚੰਦਨ ਦੇ ਲੇਪ ਨੂੰ ਧੋ ਕੇ ਉਤਾਰ ਦਿੱਤਾ। ਸੌਖੇ ਜਿਹਾ ਅਰਥ ਹੈ, ਚੰਦਨ ਲੇਪ ਉਤਾਰੈ ਧੋਏ, ਕੀਤਾ ਕੀ, ਗਰ ਧੱਪ ਪ੍ਰੀਤ ਗਧੇ ਦੀ ਪ੍ਰੀਤ ਭਸਮ ਸੰਗ ਹੋਏ, ਭਸਮ ਦੇ ਨਾਲ ਸਵਾਹ ਦੇ ਨਾਲ ਹੈ, ਚੰਦਨ ਨਾਲ ਤਾਂ ਪਿਆਰ ਹੀ ਨਹੀਂ ਕਰਦਾ। ਇੱਦਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਰੱਬ ਦੇ ਬਖਸ਼ੇ ਸ਼ੁਭ ਗੁਣਾਂ ਨਾਲ ਤਾਂ ਤੂੰ ਪਿਆਰ ਹੀ ਨਹੀਂ ਕਰਦਾ, ਤੇਰਾ ਪਿਆਰ ਮਾਇਆ ਦੇ ਪਦਾਰਥਾਂ ਦੇ ਨਾਲ ਹੈ, ਚਿੱਕੜ ਦੇ ਨਾਲ ਹੈ ਤੇਰਾ ਪਿਆਰ। ਹੁਣ ਕੋਈ ਚਿੱਕੜ ਕੀ ਹੁੰਦਾ? ਚਿੱਕੜ ਸਾਡੇ ਕੱਪੜਿਆਂ ਨੂੰ ਮੈਲਾ ਕਰਦਾ, ਅਤੇ ਮਾਇਆ ਦਾ ਚਿੱਕੜ ਸਾਡੀ ਆਤਮਾ ਸਾਡੀ ਮਤ ਨੂੰ ਮੈਲਾ ਕਰਦਾ। ਜਿਹੜੀਆਂ ਚੀਜ਼ਾਂ ਸਾਡੇ ਕੱਪੜੇ ਨੂੰ ਮੈਲਾ ਕਰਨ ਉਹ ਬਾਹਰ ਦਾ ਚਿੱਕੜ ਹੁੰਦਾ, ਜਿਹੜੀਆਂ ਚੀਜ਼ਾਂ ਸਾਡੇ ਮਨ ਅਤੇ ਸਾਡੀ ਆਤਮਾ ਨੂੰ ਮੈਲੀਆਂ ਕਰਨ ਉਹ ਵੀ ਚਿੱਕੜ ਹੁੰਦਾ। ਅਤੇ ਜਿੰਨੇ ਮਾਇਆ ਦਾ ਮੋਹ ਹੈ, ਕੀ ਇਹ ਸਾਡੀ ਆਤਮਾ ਨੂੰ ਮੈਲਾ ਨਹੀਂ ਕਰਦਾ? ਕਰਦਾ, ਇਹ ਚਿੱਕੜ ਹੈ ਸਾਰਾ। ਅਤੇ ਪਾਤਸ਼ਾਹ ਕਹਿੰਦੇ ਭਾਈ ਧਿਆਨ ਦਿਆ ਕਰ, ਕਿੱਦਾਂ ਤੂੰ ਕੱਪੜੇ ਸਵਾਰ ਕੇ ਰੱਖਦਾ ਵੀ ਇੱਦਾਂ ਚਿੱਟੇ ਕੱਪੜੇ ਨੇ ਜੀ, ਮੈਲੇ ਨਹੀਂ ਹੁੰਦੇ ਨੇ। ਪਾਤਸ਼ਾਹ ਕਹਿੰਦੇ ਕਦੇ ਇਹ ਵੀ ਸੋਚਿਆ ਕਰ
ਪਰਮਾਤਮਾ ਨੇ ਜਦੋਂ ਮੈਨੂੰ ਭੇਜਿਆ ਸੀ ਨਾ, ਜਦੋਂ ਵਾਹਿਗੁਰੂ ਨੇ ਪਰਮੇਸ਼ਰ ਨੇ ਤੈਨੂੰ ਭੇਜਿਆ, ਪਤਾ ਤੂੰ ਕਿੱਦਾਂ ਦਾ ਸੀ? ਪਹਿਲ ਬਾਬਾ ਨਾਮਦੇਵ ਦਾ ਇੱਕ ਸ਼ਬਦ ਆਉਂਦਾ, ਉਹ ਕਹਿੰਦੇ ਇਹ ਸੰਸਾਰ ਨਾ ਪਰਮਾਤਮਾ ਨੇ ਇੱਦਾਂ ਬਣਾਇਆ ਜਿਵੇਂ ਕੌਲ ਫੁੱਲਾਂ ਦਾ ਬਗੀਚਾ ਹੋਵੇ। ਕੌਲ ਫੁੱਲਾਂ ਦਾ ਬਗੀਚਾ, ਪਰ ਬੰਦੇ ਨੇ ਇਹਨੂੰ ਕੀ ਬਣਾ ਦਿੱਤਾ? ਇਹਦੇ 'ਚ ਬੰਦੇ ਹੰਸਾਂ ਵਰਗੇ ਬਣਾਏ। ਇਹ ਸੰਸਾਰ ਪਰਮਾਤਮਾ ਨੇ ਕੌਲ ਫੁੱਲਾਂ ਦਾ ਬਗੀਚਾ ਬਣਾਇਆ, ਇਹਦੇ 'ਚ ਮਨੁੱਖ ਸਨ ਜਿਹੜੇ ਉਹ ਹੰਸਾਂ ਵਰਗੇ ਬਣਾਏ। ਤਾਂ ਤੇ ਜਨਮੇ ਹੰਸ ਹੈ ਜਣਾ, ਇੱਦਾਂ ਬਚ ਆਉਂਦਾ ਬਚਨ ਬਾਬਾ ਨਾਮਦੇਵ ਸਾਹਿਬ ਦਾ। ਤੋ ਇਸੇ ਤਰ੍ਹਾਂ ਚੰਦਨ ਲੇਪ ਉਤਾਰੈ ਧੋਏ, ਗਰਦ ਵਪ੍ਰੀਤ ਭਸਮ ਸੰਗ ਹੋਏ, ਅੰਧ ਕੂਪ ਮੈਂ ਪਤਤ ਬਿਕਰਾਲ। ਕੂਪ ਹੁੰਦਾ ਖੂਹ, ਅਗਿਆਨਤਾ ਦੇ ਡਰਾਵਣੇ ਖੂਹ ਦੇ ਵਿੱਚ, ਬਿਕਰਾਲ ਹੁੰਦਾ ਡਰਾਵਣਾ, ਅਗਿਆਨਤਾ ਦੇ ਮਾਇਆ ਦੇ ਡਰਾਵਣੇ ਖੂਹ ਦੇ ਵਿੱਚ ਇਹ ਬੰਦਾ ਪਤਿਤ ਹੁੰਦਾ, ਡਿੱਗਿਆ ਪਿਆ ਹੈ। ਨਾਨਕ ਕਾਢ ਲਿਹੋ ਪ੍ਰਭ ਦਿਆਲ। ਹੇ ਨਾਨਕ, ਹੇ ਦਿਆਲ ਪ੍ਰਭੂ, ਇਹਨਾਂ ਜੀਵਾਂ ਨੂੰ ਇਸ ਮਾਇਆ ਦੇ ਡਰਾਵਣੇ ਖੂਹ ਦੇ ਵਿੱਚੋਂ ਬਾਹਰ ਕੱਢ ਲਵੋ। ਸੱਚ ਹੈ ਗੁਰਮੁਖੋ, ਅਸੀਂ ਜਿੰਨੇ ਅਸੀਂ ਬੈਠੇ ਹਾਂ, ਬਹੁਤਾਂਤ ਮਨੁੱਖ ਮਾਇਆ ਦੇ ਡੂੰਘੇ ਖੂਹ 'ਚ ਡਿੱਗਿਆ ਪਿਆ ਹੈ, ਡਿੱਗਿਆ ਪਿਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਲੋਕ ਇੱਦਾਂ ਨਾ ਖੂਹ ਦੇ ਵਿੱਚੋਂ ਪਾਣੀ ਬਾਹਰ ਕੱਢੀ ਜਾਣ, ਅਤੇ ਪੁੱਛਿਆ ਕੀ ਕਰਦੇ ਹੋ? ਕਹਿਣ ਲੱਗੇ ਜੀ ਕੱਲ੍ਹ ਪਰਸੋਂ ਡਿੱਗ ਪਈ ਬਿੱਲੀ ਵਿੱਚ, ਅਤੇ ਅਸੀਂ ਪਾਣੀ ਬਾਹਰ ਕੱਢਦੇ ਹਾਂ, ਗੰਦਗੀ ਪਾਣੀ 'ਚੋਂ ਮੁਸ਼ਕ ਮਾਰਦਾ। ਗੁਰੂ ਬਾਬੇ ਨੇ ਕਿਹਾ, ਕਹਿਣ ਲੱਗੇ ਪਾਣੀ ਬਾਅਦ 'ਚ ਕੱਢੋ, ਪਹਿਲਾਂ ਮਰੀ ਹੋਈ ਬਿੱਲੀ ਬਾਹਰ ਕੱਢੋ। ਸਾਰੇ ਪਾਣੀ ਕੱਢਣ 'ਤੇ ਲੱਗੇ ਪਏ, ਬਿੱਲੀ ਕੱਢੇ ਕੋਈ ਨਾ। ਪਾਤਸ਼ਾਹ ਕਹਿੰਦੇ ਜਦ ਤੱਕ ਬਿੱਲੀ ਨਾ ਕੱਢ ਦਿਓ ਤੱਕ ਇਹ ਖੂਹ ਨਹੀਂ ਸਾਫ਼ ਹੋਣਾ। ਸੱਚ ਹੈ ਗੁਰਮੁਖੋ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਉੱਪਰੋਂ ਉੱਪਰੋਂ ਇੱਦਾਂ ਰੱਖਦੇ ਹਾਂ ਵੀ ਇੱਥੋਂ ਐਂ ਸਫਾਈ ਹੋ ਜਾਏ, ਇੱਥੋਂ ਸਫਾਈ ਹੋਏ। ਪਾਤਸ਼ਾਹ ਕਹਿੰਦੇ ਵਕਾਰਾਂ ਅਤੇ ਪਾਪਾਂ ਦੀ ਬਿੱਲੀ ਪਹਿਲਾਂ ਬਾਹਰ ਕੱਢ, ਫਿਰ ਤੇਰੀ ਆਤਮਾ ਸਾਫ਼ ਹੋ ਜਾਏਗੀ। ਇੱਦਾਂ ਨਾਨਕ ਕਾਢ ਲਿਹੋ ਪ੍ਰਭ ਦਿਆਲ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ।